वालेकुम नाजरीन निराला पाकिस्तान के साथ मैं हूं आपका मेज़बान सैयद मुसीब हुसैन नाजरीन आज हमारे प्रोग्राम में हमारे साथ मौजूद है गफ्फार साहब ये जो मुख्तर क़द के आदमी हैं और इनसे गुफ्तू करेंगे इनका किस तरीके से ये ज़िंदगी गुजारते हैं क्योंकि अमूमी तौर पर हमारे माशरे में ये देखा जाता है जब आपका कद या आप किसी भी अपनी खसूसियत की वजह से लोगों से अनोखे पाए जाएँ या आपका लोगों में डिफरेंस पाया जाए तो अमूमी तौर पे आपकी जो मुख्तलिफ़ लाइफ होती है ऐसी ज़िंदगी में इंसान कैसे रहता है वो लोगों के साथ उसका रवैया क्या होता है लोगों का उनके साथ रवैया क्या होता है इन सारी बातों के ऊपर इनसे बात करेंगे और सबसे बड़ी बात जो इनका जो शौक़ है कबूतरबाजी का इस हवाले से भी बात करेंगे इनका माशाल्लाह बहुत ज़बरदस्त डेरा बना हुआ उसी डेरे में इस वक्त हम मौजूद हैं और इन्होंने बड़ा मेंटेन किया हुआ है पूरे गांव के लोग आते हैं इधर बैठते हैं शुगर मेला लगाते हैं ये टिकट की वीडियोज़ भी बनाते हैं अपने इसी डेरे में अपने छोटे से कद के साथ बहुत ही खुश मजाज ये शख्स है तो इनसे इन सारी बातों के हवाले से गुफ्तु करेंगे असलकुम वालेकुम असल عبدالغفار صاحب کی حال چال ہیں ٹھیک ٹھاک ہو ٹھیک ٹھاک شکر الحمدللہ ناظرین اصل میں کیونکہ یہ پنجابی لینگویج ہے ان کی تو اسی حوالے سے جو ہم ان سے بات جو ہے وہ پنجابی میں ہی کریں گے تے سناؤ کی حال چال ہیں جی ٹھیک ٹھاک شکر الحمدللہ تے سب سے پہلے تو مینوں اے دسو کہ تسی جرا تہاڈا کد چھوٹا کد دے اس حوالے نال لوکاں دے نال تہاڈا جوں اٹھتے بیندے ہو گاؤں چے آندے جاندے ہو لوگ کس نظر نال تانوں دیکھدے نیں جی اچھی نظر نال دیکھدے نیں کوئی ایسا مسئلہ نہیں ਦੇਣੀ ਗਾਲਿਓ ਨਾ ਅਚੀ ਨਜ਼ਰ ਨਾਲ ਹੀ ਦੇਖਣਾ ਵੈਸੇ ਕਹਿ ਰਹੇ ਲੋਗਾ ਦਾ ਰਵਈਆ ਕੀ ਹੁੰਦਾ ਤੁਹਾਡਾ ਰਵਈਆ ਬਹੁਤ ਅੱਛਾ ਹੈ ਅੱਛਾ ਕਿਸੇ ਮਹਿਸੂਸ ਨਹੀਂ ਕਰਾਇਆ ਅੱਜ ਦਿਨ ਤੱਕ ਉਹ ਅਕਸਰ ਛੇੜਦੇ ਛੂੜਦੇ ਨੇ ਲੋਕੀ ਕੋਡੂ ਛੋਡੂ ਇਹ ਕਹਿ ਕੇ ਕੁਝ ਵੀ ਨਹੀਂ ਕੋਈ ਬੰਦਾ ਨਹੀਂ ਛੇੜਨਾ ਚੋਹਤ ਸਾਹਿਬ ਕਰਕੇ ਬੁਲਾਉਂਦਾ ਅੱਛਾ ਚੋਹਤ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਤੁਹਾਨੂੰ ਚੋਹਤ ਸਾਹਿਬ ਕਹਿ ਕੇ ਬੁਲਾਉਂਦੇ ਨੇ ਇੰਨੇ ਖੁਸ਼ ਮਜ਼ਾਜ ਹਰ ਕਿਸੇ ਨਾਲ ਹਾਸੀ ਖੇੜੀ ਨਾਲ ਤੁਸੀਂ ਜਨਾਬ ਜੀ ਬਰੇ ਅੱਛੇ ਅੰਦਾਜ਼ ਨਾਲ ਪੇਸ਼ ਆਉਂਦੇ ਜੀ ਇੰਦੀ ਕੀ ਵਜ੍ਹਾ ਵਜ੍ਹਾ ਕੋਈ ਵੀ ਨਹੀਂ ਬਸ ਅਸੀਂ ਅੱਛੇ ਆ ਤੇ ਸਾਰੇ ਅੱਛੇ ਸਾਡੇ ਨਾਲ ਅੱਛਾ ਤੁਸੀਂ ਅੱਛੇ ਤਾਂ ਕਰਕੇ ਚੰਗੇ ਰੱਸ ਬੰਦੇ ਨਾਲ ਕਿਸੇ ਨਾਲ ਤਾਂ ਉਹ ਵੀ ਅਗਲਾ ਵੀ ਤੁਸਾਂ ਨਾਲ ਚੰਗਾ ਰਿਆ ਸੀ ਆਪਣੀ ਮਸਰੂਫੀਅਤ ਕੀ ਹੈ ਜ਼ਰੀਆ ਮਾਸ਼ ਕੀ ਹੈ ਮਸਰੂਫੀਅਤ ਇਹ ਹੈ ਕਿ ਡਿਪਟੀ ਕਰਨਾ محکمہ تعلیم ਵਿੱਚ ਮੁਲਾਜ਼ਮ 14 ਸਾਲ ਸਰਵਿਸ ਹੋ ਗਈ ਹੈ ਸਰਬ ਮੈਨੂੰ ਦੱਸਿਆ ਜੇ ਤੁਹਾਡੀ ਉਮਰ ਕਿੰਨੀ ਹੈ ਉਮਰ ਜਨਾਬ 40 ਸਾਲ ਹੋਈਆ 40 ਸਾਲ ਤੁਹਾਡੀ ਉਮਰ 40 ਸਾਲ ਬੋਲ 40 ਸਾਲ ਤੇ ਆਪਣਾ ਕਦ ਕਿਨਾ ਹੈ ਕਦ ਹੋਣਾ ਹੈ 4 ਫੁੱਟ ਤੇ ਆਪਣੇ ਦੰਦ ਕਿੰਨੇ ਨੇ ਦੰਦ ਬੱਤੀ ਜਿਹੜੇ ਹੁੰਦੇ ਨੇ ਸਾਡੇ ਬੱਤੀ ਨਹੀਂ ਤੇ ਮਾਸ਼ਾਅੱਲਾ ਸੋਨੇ ਦੇ ਦੰਦ ਲਾਏ ਹੋਣੇ ਨਾਲ ਤੇ ਤਰੇ ਲਵਾਏ ਨੇ ਤਰੇ ਸੋਨੇ ਦੇ ਦੰਦ ਲਵਾਏ ਤੇ ਕਿੰਨੇ ਦੇ ਲੱਗੇ ਸਨ ਇਹ 50000 ਨੇ ਤੇ ਤੁਸੀਂ ਨਾਲ ਆਂਦੇ ਹੋ ਜੀ ਲੋਕਾਂ ਦਾ ਮੇਰਾ ਰਵਈਆ ਬੜਾ ਅੱਛਾ ਹੈ ਬੜੇ ਹਾਸਮੁਖ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਂਦਾ ਲੋਕ ਵੀ ਮੇਰੇ ਨਾਲ ਬੜੇ ਅੱਛੇ ਤਰੀਕੇ ਨਾਲ ਪੇਸ਼ ਆਂਦੇ ਤੇ ਕਿਹੜੀ ਐਸੀ ਹਰਕਤ ਕੀਤੀ ਸੀ ਦੰਦੇ ਤਰਵਾ ਲੈ ਦੰਦ ਹਰਕਤ ਕੋ ਨਹੀਂ ਕੀਤੀ ਵੈਸੇ ਹੀ ਇੱਕ ਦੰਦ ਟੁੱਟਿਆ ਸੀ ਹੈ ਵੈਸੇ ਹੀ ਇੱਕ ਦੰਦ ਟੁੱਟਿਆ ਇੱਕ ਨਹੀਂ ਤਿੰਨ ਟੁੱਟੇ ਨੇ ਨਹੀਂ ਨਹੀਂ ਤਿੰਨ ਫਿਰ ਉਹ ਦੋ ਉਹਨਾਂ ਲਾਇ ਦੋ ਡਾਕਟਰ ਤੋੜਤੇ ਫਿਰ ਦੋ ਡਾਕਟਰ ਨੇ ਤੋੜੇ ਸਹੀ ਹੋ ਗਿਆ ਚੋ ਸਾਬ ਬਾਰ ਬਾਰ ਤੁਸੀਂ ਉਹ ਵੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੁਹਾਡੀ ਗੱਲਬਾਤ ਵਿੱਚ ਆ ਜਾਂਦੇ ਨੇ ਆਵਾਮ ਤੁਹਾਡੇ ਫਾਲੋਅਰ ਬੜੇ ਜਨਾਬ ਸੈਲਫੀ ਲੈਣ ਲਈ ਬੈਠੇ ਨੇ ਤੇ ਤੁਸੀਂ ਜਿਹੜਾ ਨਾ ਹੋਣ ਬੜਾ ਸ਼ੁਕਰੀਆ ਤੁਹਾਡਾ ਤੁਸੀਂ ਛੋਟਾ ਜਿਹਾ ਫੜ ਲਿਆ ਉਹਨਾਂ ਦੇ ਇਲਾਜ ਨਾਲ ਰਹੇਗਾ ਤੇ ਛੋਟੀ ਦੇ ਬਗੈਰ ਨਹੀਂ ਜਨਾਬੇ ਕਾਬੂ ਆਵਨੇ ਐਂਜੀ ਹੈ ਹਾਂ ਡੰਡਾ ਪੀਰ ਬਿਗੜਿਆ ਟਿਕੜਿਆ ਨਾ ਐਂਜੀ ਹੈ ਬਿਲਕੁਲ ਬਿਲਕੁਲ ਇਹ ਡੰਡੇ ਨੇ ਕੰਮ ਪਾਇਆ ਤੁਹਾਡੇ ਦੰਦਾਂ ਨਾਲ ਡੰਡੇ ਨਾਲੋਂ ਤਾਂ ਫਿਰ ਮੈਂ ਕੁੱਤੇ ਵੀ ਮਗਰ ਲੰਦਾ ਨਹੀਂ ਕੁੱਤਾ ਹਾਂ ਨਾ ਜੀ ਇਹਨੇ ਇੱਕ ਗੱਲ ਲੈ ਵੀ ਤੁਹਾਨੂੰ ਜਿਹੜਾ ਇਹਨਾਂ ਦਾ ਕੁੱਤਾ ਵੀ ਤੁਹਾਨੂੰ ਵੀਡੀਓ 'ਚ ਨਜ਼ਰ ਆ ਰਿਹਾ ਤੇ ਇਹ ਕੁੱਤਾ ਜਿਹੜਾ ਨਾ ਆਪਣਾ ਐਵੀ ਨਾ ਸ਼ੌਕ ਨਾ ਪਾਲਿਆ ਤਾਂ ਕੁੱਤੇ ਦੇ ਬਾਰੇ ਦੱਸੋ ਕੀ ਜਨਾਬ ਸ਼ਿਕਾਰ ਵਾਲਾ ਹੈ ਸ਼ਿਕਾਰ ਵਾਲਾ ਕੁੱਤਾ ਉਹਨੇ ਨਾ ਕੀ ਸ਼ਿਕਾਰ ਸ਼ਿਕਾਰ ਬਾਹਰ ਲੈਣਾ ਬਾਹਰ ਲੈਣ ਉਸਕਾ ਕਬੂਤਰ ਬਾਜ਼ੀ ਦੇ ਸ਼ੌਕ ਤੇ ਤੁਹਾਡੀਆਂ ਨਜ਼ਰਾਂ ਜਿਹੜੀਆਂ ਨੇ ਆਸਮਾਨ ਤੇ ਹੀ ਰਹਿੰਦੀਆਂ ਤੇ ਐ ਨੋਈ ਨਜ਼ਰਾਂ ਤੇ ਵੀ ਜਾਂਦੇ ਰੋ ਨਹੀਂ ਨਹੀਂ ਨਜ਼ਰਾਂ ਨੂੰ ਕੀ ਜਾਣਾ ਹੈ ਨਜ਼ਰਾਂ ਦੇ ਉਮਰ ਨਾਲ ਹੀ ਜਾਣਾ ਹੈ ਨਾ ਉਮਰ ਨਾਲ ਹੀ ਜਾਂਦਾ ਹਾਂ ਕਬੂਤਰ ਦੇ ਹਵਾਲੇ ਨਾਲ ਦੱਸਿਆ ਜੀ ਕਬੂਤਰ ਦੇ ਹਵਾਲੇ ਨਾਲ ਤੁਹਾਡਾ ਕੀ ਤਜਰਬਾ ਹੈ ਕਬੂਤਰਬਾਦੀ ਕਿਹਦਾ ਸ਼ੌਕ ਹੈ ਕੀ ਇੰਦੀਆਂ ਸ਼ਰਤਾਂ ਸ਼ਰਤਾਂ ਵੀ ਲਾਂਦੇ ਜੇ ਜੀ ਆ ਕਬੂਤਰਾਂ ਬਾਜ਼ੀਆਂ ਡਾਂਦੇ ਆ ਜਨਾਬ ਸ਼ੌਕ ਅੱਛਾ ਹੈ ਕੋਈ ਇਹ ਜਿਹੜਾ ਨਾ ਸ਼ੌਕ ਅੱਛਾ ਹੈ ਜਨਾਬ ਇਸ ਪਾਸਾ ਉਹ ਦੂਏ ਪਾਸਾ ਬੰਦਾ ਜਾਣ ਨਹੀਂ ਜਾਣਾ ਕਿਸੇ ਗਲਤ ਪਾਸਾ ਹੈ ਅੱਛਾ ਆ ਕਬੂਤਰ ਵਾਲੇ ਪਾਸੇ ਅੱਛਾ ਕਦੀ ਇੰਜ ਵੀ ਹੋਇਆ ਛੋਟੇ ਕੱਦ ਦੀ ਵਜ੍ਹਾ ਨਾਲ ਮਹੱਲੇ ਦੀ ਕੋਈ ਔਰਤ ਆਪਣਾ ਬੱਚਾ ਸਮਝ ਕੇ ਨਾਲ ਤਾਂ ਲੈ ਗਈ ਨਹੀਂ ਆ ਯਾਰ ਇਹ ਜੀ ਗੱਲ ਕੋਈ ਨਹੀਂ ਹੋਈ ਇੰਜ ਨਹੀਂ ਕਦੀ ਹੋਇਆ ਨਾ ਇਹ ਜੀ ਗੱਲ ਨਹੀਂ ਹੋਈ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੀ ਸ਼ਾਦੀ ਹੋਈ ਕਿ ਨਹੀਂ ਨਹੀਂ ਸ਼ਾਦੀ ਕੋ ਨਹੀਂ ਹੋਈ ਸ਼ਾਦੀ ਨਹੀਂ ਹੋਈ ਨਹੀਂ ਤੇ ਕੋਈ ਸ਼ਾਦੀ ਨਾ ਹੁੰਦੀ ਵਜ੍ਹਾ ਸ਼ਾਦੀ ਵੈਸੇ ਕੋ ਨਹੀਂ ਆਖੀ ਕੋ ਨਹੀਂ ਕਿਸੇ ਦੀ ਸ਼ਾਦੀ ਨਹੀਂ ਹੋਈ ਕਿ ਕੁਵਾਰੇ ਵੀ ਹੋ ਕਿ ਨਹੀਂ ਅਜੇ ਨਹੀਂ ਨਹੀਂ ਕੁਵਾਰੇ ਕੋ ਨਾ ਕੁਆਰੇ ਨਹੀਂ ਜੇ ਤੇ ਸ਼ਾਦੀ ਨਹੀਂ ਹੋਈ ਸ਼ਾਦੀ ਨਹੀਂ ਹੋਈ ਚਲੋ ਸਮਝ ਗਏ ਅਸੀਂ ਵੀ ਫਿਰ ਤੇ ਹੋਰ ਕੋ ਜ਼ਿੰਦਗੀ ਚ ਕਦੀ ਕੋ ਪਿਆਰ ਹੋਇਆ ਹੈ ਹਾਂ ਨਹੀਂ ਪਿਆਰ ਸ਼ਾਇਰ ਵਾਲੀ ਗੱਲ ਕੋ ਨਹੀਂ ਪਿਆਰ ਸ਼ਾਇਰ ਵਾਲੀ ਕੋਈ ਗੱਲ ਨਹੀਂ ਜੁਲਸਾਬ ਕੋਈ ਸ਼ੇਰ ਵਗੈਰਾ ਆਂਦਾ ਹੈ ਤੁਹਾਨੂੰ ਕੋਈ ਡਾਇਲੋਗ ਫਿਲਮ ਦਾ ਸ਼ੇਰ ਤੇ ਰਾਜਾ ਮਨੇ ਨਾ ਤੇ ਬਸ ਨਾ ਛੱਡੋ ਕੋਈ ਮਸਲਾ ਨਹੀਂ ਆ ਨਾ ਕਰ ਨਹੀਂ ਨਹੀਂ ਇਹ ਵਕਤ ਨਹੀਂ ਹੈ ਨਹੀਂ ਨਹੀਂ ਕਾ ਤੇਰੀ ਇਸ ਨਹੀਂ ਨਹੀਂ ਨੇ ਹਮੇ ਛੋੜਾ ਨਹੀਂ ਹੈ ਕਹੀਂ ਵਾ 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 ਇੱਕ ਹੋਰ ਹੋ ਜਾ ਬਸ ਇਤਨੀ ਹੋ ਨੇ ਨਹੀਂ ਨਹੀਂ ਹੋ ਜੇ ਤੁਸੀਂ ਕਹ ਰਾਜ ਜਾਂਦੇ ਨਹੀਂ ਲੱਗੀ ਨਹੀਂ ਨਹੀਂ ਬਸ ਇੱਕ ਹੋਰ ਨਹੀਂ ਨਹੀਂ ਇੱਕ ਹੋਰ ਇੱਕ ਹੋਰ ਹੋ ਜੇ ਆਹ ਲਹਿਰ ਆਈ ਹੈ ਆਹ ਲਹਿਰ ਆਈ ਹੈ ਨਾ ਬਸ ਗੱਲ ਖਤਮ ਨਹੀਂ ਉਹ ਲਾਈਟ ਬੰਦ ਹੋ ਗਈ ਆ ਅੱਛਾ ਚੋ ਸਭ ਆਪਣਾ ਪ੍ਰੋਗਰਾਮ ਦਾ ਇਖਤਤਾਮ ਕਰਦੇ ਆ ਤੇ ਅੱਲਾ ਹਫਿਜ਼ ਖਾਦੋ ਜਰਾ ਅੱਲਾ ਹਫਿਜ਼ ਕਿਸ ਤਰ੍ਹਾਂ ਕਹ ਵੀ ਹੈ ਇਸ ਤਰ੍ਹਾਂ ਕੰਨ ਆ ਲੋ ਜੀ ਸਾਨੂੰ ਇਜਾਜ਼ਤ ਦਿਓ ਆ ਲੋ ਜੀ ਸਾਨੂੰ ਇਜਾਜ਼ਤ ਦਿਓ ਤਾਂ ਪਿੰਡ ਵਾਲਿਓ ਖਦਾ ਹਫਿਜ਼ ਨਹੀਂ ਪਿੰਡ ਵਾਲਿਆਂ ਦੀ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਜੇ ਤੁਹਾਨੂੰ ਮਿਲਾਂਗੇ ਜਨਾਬ ਅਗਲੀ ਵੀਡੀਓ 'ਚ ਨਿਰਾਲਾ ਪਾਕਿਸਤਾਨ ਨੂੰ ਨਿਰਾਲਾ ਪਾਕਿਸਤਾਨ ਨੂੰ ਸਬਸਕ੍ਰਾਈਬ ਕਰੋ ਅੱਛਾ ਅੱਛਾ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਹੋਰ ਕੀ ਕਰੋ ਬਸ ਉਹੀ ਕਰੋ ਨਹੀਂ ਨਹੀਂ ਇੱਧਰ ਆਓ ਤੇ ਕਮੈਂਟ ਕਰੋ ਕਮੈਂਡ ਕਰੋ ਹਾਂ ਤੇ ਸਾਨੂੰ ਦੋ ਸਾਨੂੰ ਦਿਓ ਮਾਫੀ ਅੱਲਾ ਸੋਹਣੇ ਨੇ ਵਾਲਾ